ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਾਣੇ ਕਿ 6 ਫਰਵਰੀ ਨੂੰ 3 ਘੰਟੇ ਲਈ ਚੱਕਾ ਜਾਮ ਕਰਨ ਦਾ ਆਵਾਜ਼ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀਗੀ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵੀ ਵਿੱਚ ਵੀ ਗੋਲਡਨ ਗੇਟ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਤਿੰਨੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਲੇਕਿਨ ਲਗਾਤਾਰ ਹੀ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਨੇ ਇੱਥੇ ਮੌਜੂਦ ਨੇ ਚੱਬਾ ਜੀ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚਬਾ ਸਾਹਿਬ ਲਗਾਤਾਰ ਹੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਬੰਨੇ ਕੰਡਿਆਰੀਆਂ ਤਾਰਾਂ ਲਾਈਆਂ ਜਾ ਰਹੀਆਂ ਦੂਜੇ ਬੰਨੇ ਪ੍ਰੈਸ਼ਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖ ਦਿਓ ਦੋਰੀ ਦੋਰੀ ਦਿੱਤੀਆਂ ਨੂੰ ਸਰਕਾਰ ਜਿਹੜੀ ਆ ਕੇਂਦਰ ਦੀ ਸਰਕਾਰ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਧਰਨਾ ਸਾਡਾ ਲਗਾਤਾਰ ਜਿਹੜਾ ਵਾ ਜਿਤਵਾਲ ਵਧ ਰਿਹਾ ਕਿਸਾਨ ਮਜ਼ਦੂਰ ਤੇ ਆਮ ਲੋਕ ਲਗਾਤਾਰ ਉਹਨਾਂ ਦੀ ਆਮਦ ਵਧ ਰਹੀ ਹੈ ਜਿਹੜੇ ਚੋਂ ਬਖਲਾੜ ਚ ਆ ਗਏ ਕਈ ਤਰ੍ਹਾਂ ਦੇ ਜਿਹੜੀ ਆ ਭਾਜਪਾ ਸਰਕਾਰ ਜਿਹੜੀ ਆ ਉਹ ਹੱਥ ਕੰਡੇ ਪਣਾਉਂਦੀ ਆ ਕਦੇ ਧਰਨਾ ਸਥਾਨ ਦੇ ਦੁਆਲੇ ਜਿਹੜਾ ਵਾ ਉਹ ਰੋਕਾਂ ਟਾਈਟ ਕਰਦੀ ਆ ਕਦੇ ਕੰਡਿਆ ਲਉਂਦੀ ਆ ਕਦੇ ਉਹ ਫਟ ਕੇ ਟੋਏ ਫਟੇ ਜਾਂਦੇ ਆ ਕਦੇ ਕੰਡੀਆਂ ਲੀਆਂ ਤਾਰਾਂ ਕਦੇ ਉਹ ਚ ਤਿੱਖੇ ਜਿਹੜੇ ਆ ਸਰਯੇ ਦੇ ਕੰਕਰੀਟ ਦੀਆਂ ਦਵਾਰਾਂ ਬਣਾਈਆਂ ਜਾਂਦੀਆਂ ਐਵੇਂ ਦੇ ਬੁਝ ਦਿਲੀ ਵਾਲੇ ਜਿਹੜੀਆਂ ਕਾਰਵਾਈਆਂ ਕਰਨ ਦੀਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦੀ ਸਮਝ ਕੇ ਉਹਨਾਂ ਦਾ ਦੁੱਖ ਦਰਦ ਸਮਝਦੇ ਹੋਏ ਇਹ ਕਾਲੇ ਕਾਨੂੰਨ ਜਿਹੜੇ ਖੇਤੀ ਕਾਲੇ ਨੂੰ ਤੁਰੰਤ ਰੱਦ ਕਰਨਾ ਚਾਹੁੰਦਾ ਲੇਕਿਨ ਇਹੋ ਜਿਹੀਆਂ ਜਿਹੜੀਆਂ ਰੋਕਾਵਾਂ ਕਦੇ ਵੀ ਕਿਸਾਨਾਂ ਦੇ ਜਿਹੜਾ ਵਾ ਰੌਣ ਨੂੰ ਕਿਸਾਨਾਂ ਦੇ ਜੋਸ਼ ਨੂੰ ਕਦੇ ਵੀ ਜਿਹੜਾ ਵਾ ਰੋਕ ਨਹੀਂ ਸਕਦੀਆਂ ਇਹੋ ਜੀਆਂ ਰੋਕਾਂ ਜਿਹੜੀਆਂ ਆनाज ਦਾਕ ਰੋਕ ਸਕਿਆ ਲਗਾਤਾਰ ਸਾਡਾ ਜਿੱਤਵਾਲ ਵਧ ਰਿਹਾ ਤੇ ਰੋਕਾਂ ਤੋਂ ਕਦੇ ਵੀ ਜਿਹੜੇ ਆ ਕਿਸਾਨ ਜਿਹੜੇ ਘਬਰਾਉਣ ਵਾਲੇ ਨਹੀਂ ਲਗਾਤਾਰ ਆਪਣਾ ਜਿਹੜਾ ਮੋਰਚਾ ਵਾ ਉਹ ਜਾਰੀ ਰੱਖਣਗੇ ਤੇ ਬਿੱਲ ਵਾਪਸੀ ਤੱਕ ਸਾਡਾ ਜਿਹੜਾ ਵਾ ਇਹ ਅੰਦੋਲਨ ਜਿਹੜਾ ਵਾ ਜਾਰੀ ਰਹੂਗਾ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਦੇ ਵਿੱਚ ਵੀ ਜਾਂ ਰਾਜ ਸਭਾ ਦੇ ਵਿੱਚ ਵੀ ਅਵਾਜ਼ ਚੁੱਕੀ ਜਾ ਰਹੀ ਹੈ ਕਾਂਗਰਸ ਦੀ ਅਵਾਜ਼ ਚੁੱਕ ਰਹੀ ਹੈ ਕਿ ਇਹ ਰੱਦ ਕੀਤਾ ਜਾਣਾ ਚਾਹੀਦਾ ਵਾ ਲੇਕਿਨ ਅੱਜ ਅਕਾਲੀ ਦਲ ਦੇ ਜਿਹੜੇ ਨੇ ਪ੍ਰਧਾਨ ਬੀ ਸਿੰਘ ਬਾਦਲੇ ਤੇ ਪਹੁੰਚਦੇ ਨੇ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਦੇ ਬਹੁਤ ਨਿਸ਼ਾਨੇ ਸਾਹਦੇ ਕਹਿੰਦੇ ਕਿ ਇਹ ਪਹਿਲੋਂ ਹੀ ਇਹਨਾਂ ਨੂੰ ਰੱਦ ਕਰ ਦੇਣਾ ਚਾਹਦਾ ਇਹ ਕੋਈ ਵੀ ਕਿਸਾਨੀ ਅੰਦੋਲਨ ਜਿਹੜਾ ਇਹਨਾਂ ਲੰਮਾ ਚੇਹ ਨਹੀਂ ਚੱਲਿਆ ਲੇਕਿਨ ਜੇ ਚੱਲਿਆ ਵਾ ਤੇ ਇਹਨੂੰ ਰੱਦ ਕਰ ਦੇਣਾ ਚਾਹਦਾ ਕਿਸ ਤਰ੍ਹਾਂ ਵੇਖਦੇ ਹੋ ਸਾਰਿਆਂ ਦੀ ਸਿਆਸਤ ਨੂੰ ਵੇਖਦੇ ਹੋ ਵੇਖੋ ਜੀ ਅੱਜ ਜਿੰਨੇ ਵੀ ਸਿਆਸਤਦਾਨ ਆ ਗਾੜੀ 2022 ਦੀਆਂ ਵੋਟਾਂ ਆ ਰਹੀਆਂ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੇ ਆ ਗਾੜੀ 2024 ਦੀਆਂ ਵੋਟਾਂ ਵਾਂ ਔਰ ਇਹਦੋਂ ਪਹਿਲੋਂ ਜੇ ਅੱਜ ਇਹ ਬੋਲ ਰਿਹਾ ਕਿਉਂਕਿ ਅੱਜ ਪੂਰੇ ਜਨਤਾ ਦੇ ਵਿੱਚ ਦੇਸ਼ ਵਾਸੀਆਂ ਦੇ ਵਿੱਚ ਕੱਲੇ-ਕੱਲੇ ਜਨ ਜਨ ਦੇ ਵਿੱਚ ਇਹ ਸਿਆਸੀ ਪਾਰਟੀਆਂ ਦੇ ਪ੍ਰਤੀ ਗੁੱਸਾ ਵਾ ਕਿਉਂਕਿ ਇਹਨਾਂ ਜਿਹੜਾ ਵਾ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਵੋਟ ਪਾਈ ਕਾਂਗਰਸ ਨੇ ਵੀ ਵੋਟ ਪਾਈ ਦੂਜੀਆਂ ਪਾਰਟੀਆਂ ਵੀ ਪਾ ਕੇ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਇਹਨਾਂ ਦਾ ਪੂਰਾ ਯੋਗਦਾਨ ਆ ਅੱਜ ਜਦੋਂ ਲੋਕਾਂ ਨੇ ਜਿਹੜਾ ਆਪਣਾ ਅੰਦੋਲਨ ਸ਼ੁਰੂ ਕੀਤਾ ਤੇ ਪੂਰਾ ਰੋਸ ਤੇ ਗੁੱਸਾ ਇਹਨਾਂ ਦੇ ਪ੍ਰਤੀ ਫੈਲ ਗਿਆ ਅੱਜ ਇਹ ਸੱਚੇ ਹੋਣ ਦੀ ਕਰਕੇ ਜਿਹੜਾ ਵਾ ਇਹ ਇਹੋ ਜਿਹੇ ਬਿਆਨ ਦੇ ਕੇ ਤੇ ਕਹਿ ਰਿਹਾ ਜਦੋਂ ਇਹਨਾਂ ਬੇਰ ਪਾਈ ਤੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਉਦੋਂ ਤੇ ਇਹ ਪੂਰਾ ਜੋਰ ਜਿਹੜਾ ਇਹਨਾਂ ਪਾਰਟੀਆਂ ਦਾ ਲੱਗਾ ਹੋਇਆ ਸੀਗਾ ਵੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਸਾਨਾਂ ਦੇ ਫਾਇਦੇ ਮੰਦ ਆ ਜਦੋਂ ਲੋਕਾਂ ਦਾ ਗੁੱਸਾ ਵੇਖਿਆ ਤੇ ਲੋਕਾਂ ਨੂੰ ਪੂਰਾ ਪਤਾ ਲੱਗ ਗਿਆ ਵੀ ਇਹ ਬਿੱਲ ਜਿਹੜੇ ਸਾਡੇ ਵਿਰੁੱਧ ਆ ਫੇਰ ਇਹ ਦੁਜੇ ਬਨੇ ਭਾਉਗੇ ਤੇ ਫੇਰ ਆਪਣਾ ਇਹਨਾਂ ਸਮਰਥਨ ਲਿਆ ਪਹਿਲਾਂ ਤਾਂ ਪੂਰਾ ਜੋਰ ਇਹਨਾਂ ਦਾ ਲਗਾ ਆਇਆ ਸੀ ਇਸ ਕਰਕੇ ਪੂਰੇ ਜਿਹੜੇ ਆ ਇਹ ਜਿੰਨਾ ਬੀਜੇਪੀ ਦਾ ਇਹਦੇ ਚ ਯੋਗਦਾਨ ਆ ਉਨਾ ਹੀ ਕਾਂਗਰਸ ਦਾ ਉਨਾ ਹੀ ਕਾਲੀਆਂ ਦਾ ਸਾਰਿਆਂ ਨੇ ਮਿਲ ਕੇ ਜਿਹੜਾ ਵਾ ਕਿ ਅਡਾਨੀ ਆ ਬਾਨੀ ਦੀਆਂ ਦਲਾਲੀਆਂ ਕੀਤੀਆਂ ਉਹਨਾਂ ਦੇ ਹੱਕ 'ਚ ਜਿਹੜੇ ਕਾਨੂੰਨ ਬਣਾ ਕੇ ਤੇ ਪਾਸ ਕਰ ਲਈ ਪੂਰਾ ਯੋਗਦਾਨ ਪਾ ਕੇ ਕਿਸਾਨੀ ਖਤਮ ਕਰਨ ਵਾਸਤੇ ਜਿਹੜਾ ਵਾ ਇਹ ਪੂਰਾ ਇੱਕੋ ਨੀਤੀ ਅਪਣਾਈ ਆ ਇਸ ਕਰਕੇ ਕੋਈ ਵੀ ਇਹਨਾਂ 'ਚੋਂ ਘੱਟ ਨਹੀਂ ਸਾਰੇ ਇੱਕੋ ਥੈਲੀ ਦੇ ਜਿਹੜੇ ਚਟੇਵਟੇ ਆ ਜੇ ਅਗਰ ਗੱਲ ਕੀਤੀ ਜਾਵੇ ਹਾਲੀਵੁੱਡ ਦੀ ਰਿਹਾਨਾ ਵੱਲੋਂ ਇੱਕ ਟਵੀਟ ਕੀਤਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਬਾਲੀਵੁੱਡ ਦੇ ਸਟਾਰ ਸਾਰੇ ਉਹ ਮਤਲਬ ਕਿ ਐਂਟੀ ਹੋ ਗਏ ਨੇ ਕਿਸਾਨਾਂ ਦੇ ਐਂਟੀ ਗੱਲ ਕਰਦੇ ਪਏ ਹਨ ਹਾਲਾਂਕਿ ਅਕਸ਼ੇ ਕੁਮਾਰ ਪੱਗਾ ਬਣ ਕੇ ਬਹੁਤ ਸਾਰੇ ਪੈਸੇ ਕਮਾਉਣ ਨજર ਵੀ ਆਏ ਨੇ ਕਿਸ ਤਰ੍ਹਾਂ ਵੇਖਦੇ ਹੋ ਇੱਕ ਬੰਨੇ ਦੇ ਅਸੀਂ ਪੱਗ ਬਨ ਕੇ ਸਿੱਖੀ ਦੀ ਗੱਲ ਕਰਦੇ ਆਂ ਪ੍ਰਚਾਰ ਦੀ ਗੱਲ ਕਰਦੇ ਆਂ ਇੱਕ ਬੰਨੇ ਆਪਾਂ ਪੰਜਾਬੀਆਂ ਨੂੰ ਖਾਲਸਾਣ ਦੀ ਗੱਲ ਕਰਦੇ ਪਿਆ ਕਿਸ ਤਰ੍ਹਾਂ ਵੇਖ ਦਿਓ ਇਸ ਤਰ੍ਹਾਂ ਦੇ ਦੇਖੋ ਜੀ ਇਹ ਜਿਹੜੇ ਅਦਾਕਾਰ ਆ ਫਿਲਮੀ ਅਦਾਕਾਰ ਆ ਇਹਨਾਂ ਦੇ ਗਾੜੀ ਹੁੰਦਾ ਮੁੱਖ ਪੈਸਾ ਪੈਸੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਆ ਪੈਸਾ ਕਮਾਉਣ ਵਾਸਤੇ ਸਿੱਖੀ ਪੀਸ ਵੀ ਧਾਰ ਲੈਂਦੇ ਆ ਸਿਰ ਤੇ ਪੱਗ ਵੀ ਬੰਨ ਲੈਂਦੇ ਆ ਸਾਰਾ ਕੁਝ ਕਿਸਾਨੀ ਦੀ ਵੀ ਗੱਲ ਕਰਦੇ ਪਰ ਜਦੋਂ ਕਿਤੇ ਇੱਕ ਭੀੜ ਬਣਦੀ ਆ ਉਦੋਂ ਉਹਨਾਂ ਦੇ ਹੱਕ ਦੇ ਵਿੱਚ ਨੀਤੀ ਦੇ ਵਿੱਚ ਬੋਲਣ ਵਾਸਤੇ ਜਿਹੜਾ ਕੋਈ ਤਿਆਰ ਨਹੀਂ ਉਦੋਂ ਉਹਨਾਂ ਦੇ ਵਿਰੋਧ ਬੋਲਦੇ ਆ ਕਿਉਂਕਿ ਸਿਰਫ ਇੱਥੇ ਪੈਸੇ ਦੀ ਹੋੜ ਲੱਗੀ ਹੋਈ ਇਸ ਕਰਕੇ ਪੈਸਾ ਕਮਾਉਣ ਵਾਸਤੇ ਕੁਝ ਵੀ ਕਰਦੇ ਉਦੋਂ ਬਾਅਦ ਜਿਹੜਾ ਵਾ ਸਾਰਾ ਜੇਸਤਾ ਲਈ ਚਾਹਦੇ ਉਸੇ ਜੀ ਸ਼ੇਕ ਕਰ ਦਿੰਦੇ ਆ ਇਸ ਕਰਕੇ ਇਹਨਾਂ ਦੀ ਬਹੁਤੀ ਮੈਂ ਗੱਲ ਨਹੀਂ ਕਰਦਾ ਕਿਉਂਕਿ ਇਹਨਾਂ ਦਾ ਸਿਰਫ ਪੈਸਾ ਮੁੱਖ ਰੱਖਿਆ ਪੈਸੇ ਦਾ ਕਰਕੇ ਸਾਰਾ ਕੁਝ ਹੋ ਰਿਹਾ ਜੀ ਚੱਬਾ ਸਾਹਿਬ 26 ਤਰੀਕ ਨੂੰ ਜੋ ਕੁਝ ਵੀ ਹੋਇਆ ਹੈਗਾ ਲੱਗਦਾ ਉਸ ਦਾ ਦੂਸਰਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਨੇ ਉਹ ਵੇਖੋ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਬਿਲਕੁਲ ਜੀ ਸਾਡੇ ਕਿਸਾਨ ਤੇ ਕਿਸਾਨ ਜਿਥੇ ਬੰਦੀਆਂ ਮਜ਼ਦੂਰ ਜਿਥੇ ਬੰਦੀਆਂ ਜਿੰਨਾ ਵੀ ਸਾਡਾ ਪ੍ਰੋਟੈਸਟ ਸ਼ੁਰੂ ਤੋਂ ਹੋਇਆ ਸ਼ਾਂਤਮਈ ਰਿਹਾ ਵਾ 26 ਤਰੀਕ ਨੂੰ ਜੋ ਵਾਪ ਦੇ ਕਾਰਨ ਵਾਪਰਿਆ ਉਹਨਾਂ ਹੀ ਸਾਰਾ ਕੁਝ ਇਹ ਕਰਵਾਇਆ ਗਿਆ ਵਾ ਕਿਸਾਨ ਪਹਿਲਾਂ ਵੀ ਪੂਸ ਪੁਲੀ ਸੀ ਹੁਣ ਵੀ ਪੀਸਫੁਲ ਹੈ ਤੇ ਗਾਂ ਵੀ ਪੀਸਫੁਲ ਹੀ ਰਹਿਣਗੇ ਐਵੇਂ ਸਾਡਾ ਪੀਸਫੁਲ ਹੁੰਦਾ ਵਾ ਕਦੇ ਵੀ ਅਸੀਂ ਜਿਹੜਾ ਵਾ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਕਿਸੇ ਨੂੰ ਜਿਹੜੀ ਠੇਸ ਪਹੁੰਚੇ ਜਾਂ ਕੋਈ ਨੁਕਸਾਨ ਪਹੁੰਚੇ ਸਾਡੀ ਜਥੇਬੰਦੀ ਦਾ ਜਿਹੜਾ 2021 ਦਾ ਇਤਿਹਾਸ ਆ ਸ਼ਾਂਤਮਈ ਜਿਹੜਾ ਵਾ ਅੰਦੋਲਨ ਅਸੀਂ ਕਰਦੇ ਤੇ ਗਾਂ ਵੀ ਸਾਡਾ ਜਿਹੜਾ ਸ਼ਾਂਤਮਈ ਅੰਦੋਲਨ ਆ ਅੱਜ ਵੀ ਸ਼ਾਂਤਮਈ ਹੈ ਅੱਛਾ ਬਸ ਆਪ ਹੁਣ 3 ਵਜੇ ਤੱਕ ਜਿਹੜਾ ਜਾਮ ਕੀਤਾ ਜਾਏਗਾ ਉਸ ਤੋਂ ਬਾਅਦ ਇਹਨੂੰ ਫਿਊਚਰ ਕਾ ਸਯੁਜਕਤ ਮੋਰਚੇ ਦੀ ਦੁਬਾਰਾ ਤੋਂ ਕਾਲ ਦੀ ਵੇਟ ਕੀਤੀ ਜਾਏਗੀ ਬਿਲਕੁਲ ਜੀ 3 ਵਜੇ ਬਿਲਕੁਲ ਪੀਸਫੁਲੀ ਸਮਰਥਨ ਕੀਤਾ ਜਾ ਅੱਗੇ ਜੋ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਜੋ ਵੀ ਫੈਸਲਾ ਆਊਗਾ ਗਾ ਉਹਨਾਂ ਮੁਤਾਬਕ ਅਗਲੇ ਜੋ ਐਲਾਨ ਹੋਣਗੇ ਫਿਰ ਉਹਨਾਂ ਦੇ ਜਿਹੜਾ ਵਾ ਉਹ ਜਿਹੜਾ ਉਹਨਾਂ ਨੂੰ ਲਾਗੂ ਕੀਤਾ ਜਾਊਗਾ ਸੋ ਇਹ ਸਨ ਚਬਾਜ਼ੀ ਜਿਨ੍ਹਾਂ ਜੋ ਕਿ ਕਿਸਾਨ ਆਗੂ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਿਹੜਾ ਆ ਉਹ ਸ਼ਾਂਤਮਈ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਅੰਮ੍ਰਿਤਸਰ ਦਾ ਮੁੱਖ ਮਾਰਗ ਗੋਲਡਨ ਗੇਟ ਦੇ ਉੱਤੋਂ ਕਿਉਂਕਿ ਅ ਅੰਮ੍ਰਿਤਸਰ ਤੋਂ ਦਿੱਲੀ ਦਾ ਮੁੱਖ ਮਾਰਗ ਦੇ ਉੱਤੇ ਹੀ ਇਹ ਸਥਿਤੀ ਹੈ 골ਡਨ 게ਟ ਹੈ ਜਿੱਥੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਆ ਅੱਜ ਪ੍ਰੋਟੈਸਟ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਕਿ ਆ ਹੀ ਜਾ ਰਿਹਾ ਹੈ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਤਾਂ ਜੋ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਆਪਣੇ ਘਰਾਂ ਨੂੰ ਵਾਪਸ ਮੁੜ ਚ ਸਕਣ ਕਿਉਂਕਿ ਲਗਾਤਾਰ ਹੀ ਕਿਸਾਨਾਂ ਦੇ ਉੱਤੇ ਵੀ ਕਾਫੀ ਜਿਹੜੇ ਸੀਗੇ ਨਿਸ਼ਾਨੇ ਜਿਹੜੇ ਸੀਗੇ ਉਹ ਸਾਦੇ ਜਾ ਰਹੇ ਸੀਗੇ ਭਾ ਚਾਹੇ ਉਹ ਬਾਲੀਵੁੱਡ ਦੇ ਅਦਾਕਾਰ ਹੋਣ ਉਹਨਾਂ ਵੱਲੋਂ ਸਾਦੇ ਜਾਂਦੇ ਹੁਣ ਚਾਹੇ ਕੋਈ ਵੀ ਵਿਅਕਤੀ ਜਿਹੜਾ ਆ ਜੋ ਕਿ ਕੇਂਦਰ ਸਰਕਾਰ ਦੇ ਨਾਲ ਰابطਾ ਰੱਖਦਾ ਉਹ ਵੱਲੋਂ ਜਿਹੜਾ ਆ ਇਹ ਕਿਸਾਨਾਂ ਦੇ ਉੱਤੇ ਜਿਹੜਾ ਕਾਫੀ ਜਿਹੜਾ ਸੀਗਾ ਉਹ ਨਿਸ਼ਾਨੇ ਸਾਧੇ ਜਾ ਰਹੇ ਸੀਗੇ ਲੇਕਿਨ 26 ਤਰੀਕ ਵਾਲੇ ਦਿਨ ਹੋਏ ਹਾਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਦਿਨ 3 ਘੰਟੇ ਲਈ ਚੱਕਾ ਜਾਮ ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀਗੀ ਲੇਕਿਨ ਕਾਫੀ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਨੇ ਉਹ ਕਿਸਾਨ ਜਿੱਥੇ ਬੰਦਿਆਂ ਵੱਲੋਂ ਹਰ ਇੱਕ ਜੀਟੀ ਰੋਡ ਦੇ ਉੱਤੇ ਬੈਠ ਕੇ ਜਿਹੜਾ ਆ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਕਿਆ ਹੀ ਜਾ ਰਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਪ੍ਰਦਰਸ਼ਨ ਹੋਰ ਵੀ ਤਿੱਖੇ ਹੋ ਸਕਦੇ ਨੇ ਅਤੇ ਹੁਣ ਜੋ ਵੀ ਜਿਹੜੀ ਇਨ ਫਿਊਚਰ ਜਿੰਨੇ ਵੀ ਕਿਸਾਨ ਜਿੱਥੇ ਬੰਦਿਆਂ ਵੱਲੋਂ ਜਿਹੜਾ ਆ ਸੁਜੁਗਤ ਮੋਰਚੇ ਵੱਲੋਂ ਜੋ ਵੀ ਕਾਲ ਦਿੱਤੀ ਜਾਏਗੀ ਔਰ ਉੱਤੇ ਵੀ ਜਿਹੜਾ ਆ ਜਰੂਰ ਮੋਰ ਲਗਾਈ ਜਾਵੇਗੀ ਕੈਮਰਾਮੈਨ ਜੈਪ੍ਰੀ ਤੇ ਨਗਰਪ੍ਰੀਤ ਸਿੰਘ ਵਰਲਡ ਪੰਜਾਬੀ ਟੀਵੀ ਅੰਮ੍ਰਿਤਸਰ